ਸਤਿ ਸ੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਹਾਂਜੀ ਵਿਆਹ ਨਿੱਜੀ ਪ੍ਰੋਗਰਾਮਾਂ ਲਈ ਸ਼ਰਾਬ ਪਰਮਿਤ ਦੇ ਨਾਲ ਐਮ ਆਰਪੀ ਲਿਸਟੀ ਹੋਵੇਗੀ ਜਾਰੀ ਮਾਨ ਸਰਕਾਰ ਦਾ ਵੱਡਾ ਫੈਸਲਾ ਵੱਡੀ ਖਬਰ ਆ ਚੁੱਕੀ ਹੈ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਹੱਦ ਤੋ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਬੁਖਮંત્રી ਭਗਵੰਤ ਮਾਨ ਦੇ ਅਗਵਾਈ ਵਾਲੀ ਆਪ ਸਰਕਾਰ ਸ਼ਰਾਬ ਮਾਫੀਆ ਦੇ ਹੱਥੋਂ ਹੌਣ ਵਾਲੇ ਲੋਟੇ ਤੋਂ ਬਚਾਉਣ ਲਈ ਵਿਆਹ ਨਿੱਦੀ ਸਮਗਮਾਲੀ ਸ਼ਰਾਬ ਦੇ ਪਰਮਟ ਦੇ ਨਾਲ ਨਾਲ ਸ਼ਰਾਬ ਦੇ ਵਾਧ ਤੋਂ ਵਾਧ ਪਰਚੂਨ ਕੀਮਤ ਸੂਚੀ ਮੋਹਿਆ ਕਰਵਾਏਗੀ ਇਹ ਜਾਣਕਾਰੀ ਵਿੱਤੀ ਆਪਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਦਿੰਦਿਆ ਉਹਨਾਂ ਨੇ ਕਿਹਾ ਹੈ ਕਿ ਆਪਕਾਰੀ ਵਿਭਾਗ ਵੱਲੋਂ ਸ਼ਰਾਬ ਦੀ ਕੁਆਲਿਟੀ ਮਾਤਰਾ ਅਤੇ ਸਮਾਗਮ ਦੀ ਮਿਤੀ ਅਤੇ ਸਥਾਨ ਦਾ ਜ਼ਿਕਰ ਕਰਦੇ ਸਬੰਧਤ ਵਿਅਕਤੀ ਦੇ ਨਾਂ ਤੇ ਪਰਮਟ ਜਾਰੀ ਕਰੇਗਾ ਅਤੇ ਸਬੰਧਤ ਵਿਅਕਤੀ ਜ਼ਿਲ੍ਹੇ ਦੇ ਕਿਸੇ ਵੀ ਠੇਕੇ ਤੋਂ ਸ਼ਰਾਬ ਦੀ ਖਰੀਦ ਸਕਦਾ ਕੈਬਨਿਟ ਮੰਤਰੀ ਲੱਗੇ ਕਿ ਜੇ ਪਰਮਿਟ ਲਈ ਬਿਨੈ ਕਰ ਕੇਵਲ ਨਿੱਜੀ ਮਾਨੁਸ਼ਰਾਪ ਰੋਸਨ ਲਈ ਤਿਆਰਿਤ ਕਰਦਾ ਹੈ ਅਤੇ ਸ਼ਰਾਬ ਕਿਸੇ ਵੀ ਵੇਚੀ ਨਹੀਂ ਜਾ ਸਕਦੀ ਉਹਨਾਂ ਕਹਿ ਕਿਸ ਦੇ ਨਾਲ ਨਾ ਸਿਰਫ ਆਮ ਲੋਕ ਆਪਣੇ ਨਿੱਜੀ ਸਮਗਮ ਲਈ ਵਾਜਵ ਕੀਮਤ ਤੇ ਸ਼ਰਾਬ ਖਰੀਦ ਸਕਣਗੇ ਸਗੋਂ ਇਸ ਨਾਲ ਇਹ ਵੀ ਕੀਨ ਬਣਿਆ ਰਹੇਗਾ ਕਿ ਖਰੀ ਸ਼ਰਾਬ ਦੀ ਖਰੀਦ ਲਾਇਸੈਂਸ ਹੁਦਾ ਸ਼ਰਾਬ ਦੀ ਦੁਕਾਨਾਂ ਤੋਂ ਹੀ ਕੀਤੀ ਜਾਵੇਗੀ ਬਾਕੀ ਖਬਰ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ